ਸਾਰਾ ਦਿਨ ਹੱਡ ਤੋੜ ਮਿਹਨਤ ਕਰਕੇ ਸ਼ਾਮ ਨੂੰ ਜਦੋਂ ਘਰੇ ਆਨੇਓ ਸਿਰਫ ਚਾਹ ਦੇ ਨਾਲ ਬਿਸਕਟਾਂ ਦੇ ਨਾਲ ਹੀ ਗੁਜ਼ਾਰਾ ਕਰ ਲੈਨੇਓ ਕਿਉਂ ਨਾ ਅੱਜ ਆਪਣੇ ਆਪ ਨੂੰ ਵਧੀਆ ਟ੍ਰੀਟ ਕੀਤਾ ਜਾਵੇ ਤੇ ਤੁਹਾਡੇ ਲਈ ਅੱਜ ਬਣਾਨੇ ਆਪਾਂ 에ਅਰ ਫਰਾਇਰ ਪਨੀਰ ਟਿੱਕਾ ਇਹਨੂੰ ਫਿਨਿਸ਼ ਲੱਗਣੇ ਸਾਰੇ ਆਪਣੇ 10 ਮਿੰਟ ਜਿੰਨੀ ਦੇ ਚ ਤੁਹਾਡੀ ਚਾਹ ਬਣਨੀ 19 ਦੇ ਚ ਟਿੱਕਾ ਤਿਆਰ ਹੋ ਜਾਣਾ ਸੋ ਵਿਦਆਊਟ ਵੇਸਟਿੰਗ ਐਨੀ ਟਾਈਮ ਲੈਟਸ ਗੈਟ ਇਨਟੂ ਦ ਰੈਸਪੀ ਪਨੀਰ ਟਿੱਕਾ ਮਸਾਲਾ ਬਣਾਉਣ ਦੇ ਲਈ ਆਪਾਂ ਇੱਕ ਬੌਲ ਦੇ ਵਿੱਚ 200 ਗ੍ਰਾਮ ਗ੍ਰੀਕ ਯੋਗਰਟ ਪਾਵਾਂਗੇ ਅੱਧਾ ਚਮਚਾ ਜਿੰਜਰ ਗਾਰਲਿਕ ਪੇਸਟ ਆ ਤੇ ਮਸਾਲੇ ਐਡ ਕਰਾਂਗੇ ਲੂਣ ਕਾਲੇ ਵਿੱਚ ਲਾਲ ਵਿੱਚ ਗਰਮ ਮਸਾਲਾ ਜੀਰਾ ਪਾਊਡਰ ਹਲਦੀ ਤੇ ਸਾਰੀ ਚੀਜ਼ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਜਿਵੇਂ ਤੁਸੀਂ ਵੀਡੀਓ 'ਚ ਦੇਖ ਰਹੇ ਹੋ ਹੁਣ ਆਪਾਂ ਆਪਣੀ ਮੈਰੀਨੇਸ਼ਨ ਦੇ ਵਿੱਚ ਵੈਜੀਸ ਐਡ ਕਰਾਂਗੇ ਜਿਹਦੇ ਵਿੱਚ ਆਪਾਂ ਪਿਆਜ਼ ਸ਼ਿਮਲਾ ਮਿਰਚ ਹਰੀ ਤੇ ਲਾਲ ਤੇ ਪਨੀਰ ਦੇ ਕਯੂਬਸ ਐਡ ਕਰਾਂਗੇ ਤੇ ਸਾਰੀ ਚੀਜ਼ ਨੂੰ ਇੱਕ ਵਾਰੀ ਫਿਰ ਦੁਬਾਰਾ ਸੌਫਟ ਹੈਂਡ ਦੇ ਨਾਲ ਮਿਕਸ ਕਰ ਲਾਂਗੇ ਤੁਹਾਡਾ ਪ ਕਰਦਾਂਗੇ ਜਿਵੇਂ ਤੁਸੀਂ ਵੀਡੀਓਜ਼ ਦੇਖ ਰਹੇ ਹੋ ਤੇ 에어 프라이ਅਰ ਚ 180 ਡਿਗਰੀ ਤੇ 8 ਮਿੰਟ ਕੁਕ ਕਰਾਂਗੇ ਤੁਹਾਡਾ ਪਨੀਰ ਟਿੱਕਾ ਤਿਆਰ ਹੈ ਇਹਨੂੰ ਸਰਵ ਕਰਾਂਗੇ ਲਛੇਦਾਰ ਪਿਆਜ਼ਾਂ ਦੇ ਨਾਲ ਉੱਤੋਂ ਪਾਵਾਂਗੇ ਚਾਟ ਮਸਾਲਾ ਤੇ ਨਚੋੜਾਂਗੇ ਨਿੰਬੂ ਤੇ ਆਪਣੇ ਆਪ ਨੂੰ ਸਰਵ ਕਰਾਂਗੇ ਟਰਾਏਟ ਐਂਡ ਲੈਟ ਮੀ ਨੋ ਐਂਡ ਪਲੀਜ਼ ਲੀਵ ਅ ਕਮੈਂਟ ਫਾਰ ਮੀ ਇਫ ਯੂ ਨੀਡ ਐਨੀ ਹੈਲਪ ਰਿਗਾਰਡਿੰਗ ਵੇਟ ਲੂਸ ਵੇਟ ਗੇਨ ਟਿਪ ਟ੍ਰਿਕ ਫੀਲ ਫਰੀ ਟੂ ਕੰਟੈਕਟ ਅਸ ਲਿੰਕ ਇਨ ਬਾਇਓ ਕੋਲਕਜੀ ਸასი ਕਾਲ